ਢੋਲਾ ਸਾਨੂੰ ਪਿਆਰ ਦਿਆਂ ਨਸ਼ਿਆਂ ਤੇ ਲਾ ਕੇ, ਢੋਲਾ ਸਾਨੂੰ ਪਿਆਰ ਦਿਆਂ ਨਸ਼ਿਆਂ ਤੇ ਲਾ ਕੇ, ਤੂੰ ਹੁਣ ਸਾਡਾ ਜਾਨੂ ਨਹੀਂ ਬਣਦਾ। ਢੋਲਾ ਸਾਨੂੰ ਪਿਆਰ ਦਿਆਂ ਨਸ਼ਿਆਂ ਤੇ ਲਾ ਕੇ, ਤੂੰ ਹੁਣ ਸਾਡਾ ਜਾਨੂ ਨਹੀਂ ਬਣਦਾ। ਚੰਗੇ ਭਲੇ ਹੱਸੇ ਸਾਡੀ ਜ਼ਿੰਦਗੀ ਬਣ ਜਾ ਕੇ, ਤੂੰ ਹੁਣ ਸਾਡਾ ਜਾਨੂ ਨਹੀਂ ਬਣਦਾ। ਜਾਨੂ ਨਹੀਂ ਬਣਦਾ, ਜਾਨੂ ਨਹੀਂ ਬਣਦਾ। ਈਦ ਹੋਵੇ, ਮੇਲਾ ਹੋਵੇ, ਹੋਵੇ ਕੋਈ ਸ਼ਾਦੀ, ਢੋਲਾ ਹਰ ਮੌਕੇ ਉੱਤੇ ਕਸਮ ਖੁਦਾ ਦੀ। ਈਦ ਹੋਵੇ, ਮੇਲਾ ਹੋਵੇ, ਹੋਵੇ ਕੋਈ ਸ਼ਾਦੀ, ਢੋਲਾ ਹਰ ਮੌਕੇ ਉੱਤੇ ਕਸਮ ਖੁਦਾ ਦੀ। ਅਸਾਂ ਤੈਨੂੰ ਵੇਖੇ ਆਏ ਬੜਾ ਅਜ਼ਮਾ ਕੇ, ਤੂੰ ਹੁਣ ਸਾਡਾ ਜਾਨੂ ਨਹੀਂ ਬਣਦਾ। ਚੰਗੇ ਭਲੇ ਹਾਸੇ ਸਾਡੀ ਜ਼ਿੰਦਗੀ ਬਣ ਜਾ ਕੇ, ਤੂੰ ਹੁਣ ਸਾਡਾ ਜਾਨੂ ਨਹੀਂ ਬਣਦਾ। ਜਾਨੂ ਨਹੀਂ ਬਣਦਾ, ਜਾਨੂ ਨਹੀਂ ਬਣਦਾ। ਹੋਰ ਵੀ ਖਿਆਲ ਅੱਜ ਕੱਲ ਕਰ ਲੈਨੀ, ਲੱਗਦਾ ਏ ਮਸਲੇ ਹੱਲ ਕਰ ਲੈਨੀ। ਔਰ ਵੀ ਖਿਆਲ ਅੱਜ ਕੱਲ ਕਰ ਲੈਨੀ, ਲੱਗਦਾ ਏ ਮਸਲੇ ਹੱਲ ਕਰ ਲੈਨੀ। ਸਾਡੇ ਕੋਲੋਂ ਸਾਰੀਆਂ ਜ਼ਰੂਰਤਾਂ ਮੁਕਾ ਕੇ, ਤੂੰ ਹੁਣ ਸਾਡਾ ਜਾਨੂ ਨਹੀਂ ਬਣਦਾ। ਚੰਗੇ ਬਲਾਜ਼ੇ ਸਾਡੀ ਜ਼ਿੰਦਗੀ ਬਣ ਜਾ ਕੇ, ਤੂੰ ਹੁਣ ਸਾਡਾ ਜਾਨੂ ਨਹੀਂ ਬਣਦਾ। ਜਾਨੂ ਨਹੀਂ ਬਣਦਾ, ਜਾਨੂ ਨਹੀਂ ਬਣਦਾ। ਮੇਰਾ ਖਿਆਲ ਹੈ ਕਿ ਜਜ਼ਬਾ ਜੋ ਹੈ ਇਨਕਾ, ਵੋ ਇਨਕੇ ਇਸ ਫਨ ਔਰ ਸ਼ੌਕ ਪਰ ਗਾਲਿਬ ਆ ਗਿਆ ਹੈ ਔਰ ਯੇ ਇਨਕੋ ਫੌਜ ਮੇਂ ਖੇਂਚ ਲਾਇਆ ਹੈ। ਅਗਰ ਯੇ ਆਪਣਾ ਯੇ ਕਾਮ ਵੀ ਕਰ ਰਹੇ ਹੋਤੇ ਤੋ ਬੜਾ ਨਾਮ ਕਮਾ ਰਹੇ ਹੋਤੇ, ਜਿਤਨਾ ਜ਼ਬਰਦਸਤ ਟੈਲੈਂਟ ਇਨਹੋਨੇ ਸ਼ੋ ਕੀਆ ਹੈ। ਮੁਝੇ ਪਤਾ ਚਲਾ ਹੈ ਕਿ ਸੌਰਾਵ ਸਾਹਿਬ ਜੋ ਹੈ ਯੇ ਵੀ ਇਨਕੇ ਪਾਸ ਵੀ ਬੜੀ ਜ਼ਬਰਦਸਤ ਕੁਆਲਿਟੀ ਹੈ, ਤੋ ਆਪ ਕਿਆ ਸੁਣਾਏਂਗੇ ਜੀ ਹਮੇਂ? ਮੈਂ ਸਰ ਬਲੋਚੀ ਗਾਨਾ ਸੁਣਾਉਂਗਾ। ਅੱਛਾ, ਬਲੋਚਿਸਤਾਨ ਸੇ ਹੈਂ? ਬਲੋਚੀ ਹੈਂ ਆਪ? ਜ਼ਬਰਦਸਤ, ਯੇ ਤੋ ਕਮਾਲ ਹੋ ਗਿਆ, ਸੁਣਾਏ ਫਿਰ। ਓ ਬਰੋਏ ਪਿਆਰੇ ਮਿਆਰਾ, ਖਨਾਏ ਵਰੀ ਦੀਦਾਰਾ, ਬਰੋਏ ਪਿਆਰੇ ਮਿਆਰਾ, ਖਨਾਏ ਵਰੀ ਦੀਦਾਰਾ, ਸ਼ਹਿਰ ਕੁਲੋ ਇਰਾ ਗਿੰਦ ਵੀਰਾਨੇ, ਖੱਤੀਆਂ ਇਰਾ ਗਿੰਦ ਮਨਾ ਖਵੇ ਨੇ, ਦਸਤਾਨ ਬਰੇ ਗੁਜ਼ਾਰਾ, ਖਨਾਏ ਵਰੀ ਦੀਦਾਰਾ, ਬਰੋਏ ਪਿਆਰੇ ਮਿਆਰਾ, ਖਨਾਏ ਵਰੀ ਦੀਦਾਰਾ। ਹਾਲ ਹਕੀਕਤ ਮਨਾ ਖਨੇ, ਦੁੱਖਾਂ ਮਨਾ ਬੜ ਪੇਸ਼ ਖਨੇ, ਹਾਲ ਹਕੀਕਤ ਮਨਾ ਖਨੇ, ਦੁੱਖਾਂ ਮਨਾ ਬੜ ਪੇਸ਼ ਖਨੇ, ਗੁਸ਼ ਪਾਰਤ ਵੀ ਹੈ ਪਿਆਰਾ, ਖਨੇ ਬੜੀ ਦੀਦਾਰਾ। ਈਦ ਉਲ ਫਿਤਰ ਕਾ ਦਿਨ ਵੀ ਐਸੇ ਗੁਜ਼ਾਰ ਦੇਂਗੇ, ਇੱਕ ਔਰ ਈਦ ਆਪਣੀ ਧਰਤੀ ਪੇ ਵਾਰ ਦੇਂਗੇ, ਸਰਹੱਦ ਕੇ ਹਮ ਮੁਹਾਫਿਜ਼, ਸ਼ਹਿਰੋਂ ਹਮ ਨਿਗਹਿਬਾਂ, ਇੱਕ ਦੋ ਨਹੀਂ ਵਤਨ ਕੋ ਈਦੇ ਹਜ਼ਾਰ ਦੇਂਗੇ, ਈਦ ਉਲ ਫਿਤਰ ਕਾ ਦਿਨ ਵੀ ਐਸੇ ਗੁਜ਼ਾਰ ਦੇਂਗੇ, ਮੇਰੇ ਮੁਲਕ ਕੇ ਹੋ ਬੱਚੇ, ਬੂੜੇ ਜਵਾਂ ਯਾ ਮਾਏ, ਮੇਰੇ ਮੁਲਕ ਕੇ ਹੋ ਬੱਚੇ, ਬੂੜੇ ਜਵਾਂ ਯਾ ਮਾਏ, ਖੂ ਆਪਣੇ ਜਿਗਰ ਕਾ ਦੇ ਕਰ ਗੁਲਸ਼ਨ ਨਿਖਾਰ ਦੇਂਗੇ। ਵਾਹ ਵਾਹ ਅਨਵਰ ਸਾਹਿਬ, ਕਮਾਲ ਹੈ, ਬਹੁਤ ਅੱਛੇ, ਬਹੁਤ ਅੱਛੇ। ਈਦ ਉਲ ਫਿਤਰ ਕਾ ਦਿਨ ਵੀ ਐਸਾਰ ਦੇਂਗੇ, ਇੱਕ ਔਰ ਈਦ ਆਪਣੀ ਧਰਤੀ ਪੇ ਵਾਰ ਦੇਂਗੇ, ਬਦਨਾਮ ਯੇ ਮਜ਼ਹਬ ਮੇਂ ਯੇ ਪੇਸ਼ ਪੇਸ਼ ਠਹਿਰੇ, ਬਦਨਾਮ ਯੇ ਮਜ਼ਹਬ ਮੇਂ ਲੋਧੀ
یہ پیش پیش ٹھہرے، ٹیررسٹ جو ہیں جی سر، بدنام یہ مذہب میں لودھی، یہ پیش پیش ٹھہرے، دہشت پھیلانے والوں ہم تم کو مار دیں گے، عید الفطر کا دن بھی ایسے گزار دیں گے، ایک اور عید اپنی دھرتی پہ وار دیں گے، ایک دو نہیں وطن کو عیدیں ہزار دیں گے۔ بہت خوب، بہت زبردست۔ لیں جناب، میں اپنی عید، میری زندگی کی بالکل منفرد اور مختلف عید ہے جو میں یہاں پاک افغان بارڈر پہ گزار رہا ہوں، اور جوانوں کے ساتھ ہم نے عید گزاری ہے، اور اس عید کا اختتام جتنے خوبصورت انداز میں ہو رہا ہے یہ آپ نے بھی دیکھ لیا ہوگا۔ یہ جوان جو اپنے گھروں سے دور ہیں، ان کے اندر قربانی کا ایک جذبہ ان کے دلوں میں معجزن ہے، اور ہر وقت جو ایک خطرے کی زمین ہیں لیکن وطن کی محبت کا جذبہ اور وطن کی حفاظت کا جذبہ ہر طرح کے خطرے پر غالب آ جاتا ہے، تو تبھی اپنی ڈیوٹیز یہاں پر پرفارم کرتے ہیں۔ عید کے اس موقع پر میں ان جوانوں کو سلیوٹ پیش کرنا چاہوں گا کہ ہماری حفاظت کے لیے جس طرح سے یہ بارڈر پر بیٹھے ہوئے ہیں، پاک افغان بارڈر پر بیٹھے ہوئے ہیں، اور دہشت گردی کا وہ خوف جو آج سے کچھ سال پہلے موجود تھا اس کو انہوں نے تقریباً ختم کر دیا ہے۔ مجھے اپنی آنکھوں سے وہ منظر میں نے دیکھے ہوئے ہیں۔ میں پروگرام کرنے کے لیے وہاں پر آیا تھا 2007 میں، اور میں نے دیکھا تھا کہ ہر تھوڑے فاصلے پر چپے پر طالبان کی چیک پوسٹ موجود تھی، اور اس میں سے گزر کر ہم مینگورا جاتے تھے۔ جب میں دیر آیا تو میں نے دیکھا کہ یہاں پر طالبان کا جگہ پر قبضہ ہے، ہر بازار میں، ہر دکان پر، ہر گھر میں جو دہشت گرد ہیں وہ موجود ہیں۔ تو وہ دور بھی ہمیں یاد ہے، اور اس خطرے کو اور خوف کو ختم کرنے کے بعد آج جو منظر ان جوانوں نے اور پاک فوج نے پیدا کر دیا ہے، اور امن کی جو فضا یہاں پر قائم ہو گئی ہے، اس کو دیکھ کر ہم اپنی فوج پر، اپنے جوانوں پر فخر کر سکتے ہیں۔ آپ سب کو عید مبارک۔ مجھے اس پروگرام سے اجازت دیجیے۔ اے وطن پیارے وطن، پاک وطن، اے میرے پیارے وطن، اے وطن پیارے وطن، تجھ سے ہے میری تمنا۔